ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਅਗਨ ਭੇਟ ਹੋ ਗਏ ਸਨ। ਸੋ ਉਹਦੇ ਕਰਕੇ ਸਾਰੀ ਸਿੱਖ ਕੌਮ ਨੂੰ ਬਹੁਤ ਵੱਡੀ ਨਮੋਸੀ ਝੱਲਣੀ ਪਈ ਹੈ। ਦੇਖੋ, ਇਸ ਫੌਜਦਾਰੀ ਮੁਕੱਦਮੇ ਨਾਲ ਕੋਈ ਇਹ ਮਸਲਾ ਹੱਲ ਨਹੀਂ ਹੋਣਾ, ਨਾ ਕੋਈ ਪਹਿਲਾਂ ਹੋਇਆ, ਬਰਗਾੜੀ ਦੇਖ ਲਓ 5 ਸਾਲ ਹੋਏ ਕੋਈ ਹੋਇਆ। ਔਰ ਇਸੇ ਤਰ੍ਹਾਂ ਕਲਿਆਣ ਪਿੰਡ ਹੈਗਾ, ਉੱਥੇ ਗੁਰੂ ਗ੍ਰੰਥ ਸਾਹਿਬ ਜਿਹੜੇ ਇਤਿਹਾਸ ਛੋਟੇ ਸੀ, ਉਹ ਚੋਰੀ ਹੋਇਆ, 6 ਮਹੀਨੇ ਹੋਏ ਤੱਕ ਨਹੀਂ ਹਾਲ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਪਾਵਨ ਸਰੂਪਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ 3 ਦਿਨ ਦੀ ਝਾੜੂ ਲਾਉਣ ਦੀ ਸੇਵਾ ਨਿਭਾਈ ਸੀ, ਉਹ ਅੱਜ ਸੇਵਾ ਨਿਭਾ ਰਹੇ ਨੇ। ਸਾਡੇ ਨਾਲ ਇਸ ਸਮੇਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅੱਜ ਸੇਵਾ ਨਿਭਾਈ ਜਾ ਰਹੀ ਹੈ, ਕੀ ਕਹਿਣਾ ਚਾਹੋਗੇ? ਦੇਖੋ, ਇਹ ਸੇਵਾ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ਸਾਨੂੰ ਲਾਈ ਗਈ ਸੀ, ਜੋ ਅੱਜ ਤੋਂ 5 ਸਾਲ ਪਹਿਲਾਂ ਜਦੋਂ ਅਵਤਾਰ ਸਿੰਘ ਜੀ ਪ੍ਰਧਾਨ ਸਨ, ਉਸ ਸਮੇਂ ਉੱਥੇ ਕੁਝ ਘਟਨਾ ਜਿਹੜੀ ਬੜੀ ਮੰਦਭਾਗੀ ਘਟਨਾ ਵਾਪਰੀ ਸੀ। ਸ੍ਰੀ ਅਕਾਲ ਸਾਡੇ ਗੁਰਦੁਆਰਾ ਰਾਮਸਰ ਵਿਖੇ ਜਿਹੜਾ ਪਬਲੀਕੇਸ਼ਨ ਵਿਭਾਗ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਅਗਨ ਭੇਟ ਹੋ ਗਏ ਸਨ। ਸੋ ਉਹਦੇ ਕਰਕੇ ਸਾਰੀ ਸਿੱਖ ਕੌਮ ਨੂੰ ਬਹੁਤ ਵੱਡੀ ਨਮੋਸੀ ਝੱਲਣੀ ਪਈ ਹੈ। ਜੋ ਵੀ ਉੱਥੇ ਸਰੂਪ ਘੱਟ ਪਾਏ ਗਏ ਨੇ, ਉਹਦੀ ਵੀ ਜਾਂਚ ਜਿਹੜੀ ਹੈ ਉਹ ਡਾਕਟਰ ਈਸ਼ਰ ਸਿੰਘ ਨੇ ਕੀਤੀ ਹੈ, ਜਿਹੜੀ ਅਕਾਲ ਤਖਤ ਸਾਹਿਬ ਤੋਂ ਕਰਾਈ ਗਈ ਹੈ। ਉਹਨਾਂ ਨੇ 16 ਦੋਸ਼ੀ ਪਾਏ ਗਏ ਨੇ, ਜਿਹੜੇ ਜਿਹੜੇ ਦੋਸ਼ੀ ਪਾਏ ਗਏ ਨੇ ਉਹਨੂੰ ਸਾਰਿਆਂ ਨੂੰ ਅਸੀਂ ਜੋ ਸਖ਼ਤ ਤੋਂ ਸਖ਼ਤ ਬਣਦੀ ਸਜ਼ਾ ਜਿਹੜੀ ਹੈ ਦਿੱਤੀ ਗਈ ਹੈ, ਡਿਸਮਿਸ ਵੀ ਕੀਤਾ, ਮੁਅੱਤਲ ਵੀ ਕੀਤਾ, ਹਰ ਤਰ੍ਹਾਂ ਦੀ ਉਹਨਾਂ ਨੂੰ ਜਿਹੜੀ ਹੈ ਸਖ਼ਤ ਤੋਂ ਸਖ਼ਤ ਦਿੱਤਾ ਦਿੱਤੀ ਹੈ। ਆਉਣ ਵਾਲੇ ਸਮੇਂ 'ਚ ਵੀ ਜਿੰਨਾ ਵੀ ਅਸੀਂ ਸਖ਼ਤ ਸਜ਼ਾ ਦੇ ਸਕਦੇ ਉਹ ਦੇਵਾਂਗੇ, ਲੇਕਿਨ ਅੱਜ ਤੁਹਾਨੂੰ ਸਾਡੀ ਸੇਵਾ ਹੈ ਇਸ ਅਕਾਲ ਤਖ਼ਤ ਸਾਹਿਬ ਲਾਈ ਹੈ, ਅਸੀਂ ਆਪਣੇ ਆਪ ਨੂੰ ਜਿਹੜਾ ਸੁਭਾਗਾ ਸਮਝਦੇ ਹਾਂ, ਗੁਰੂ ਨੇ ਕਿਰਪਾ ਦੇਣਾ ਸਾਨੂੰ ਇਹ ਸੇਵਾ ਮਿਲੀ ਹੈ। 3 ਦਿਨ ਅਸੀਂ ਇਹ ਸੇਵਾ ਜਿਹੜੀ ਹੈ ਉਹ ਕਰਨੀ ਹੈ। ਸਿੰਘ ਸਾਹਿਬ, ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਹੀ ਮੰਗ ਹੈ ਕਿ ਉਹਨਾਂ ਵਿਅਕਤੀਆਂ 'ਤੇ ਫੌਜਦਾਰੀ ਦਾ ਪਰਚਾ ਦਰਜ ਕੀਤਾ ਜਾਵੇ। ਦੇਖੋ, ਇਸ ਫੌਜਦਾਰੀ ਮੁਕੱਦਮੇ ਨਾਲ ਕੋਈ ਇਹ ਮਸਲਾ ਹੱਲ ਨਹੀਂ ਹੋਣਾ, ਨਾ ਕੋਈ ਪਹਿਲਾਂ ਹੋਇਆ, ਬਰਗਾੜੀ ਦੇਖ ਲਓ 5 ਸਾਲ ਹੋਏ ਕੋਈ ਹੋਇਆ। ਔਰ ਇਸੇ ਤਰ੍ਹਾਂ ਕਲਿਆਣ ਪਿੰਡ ਹੈਗਾ, ਉੱਥੇ ਗੁਰੂ ਗ੍ਰੰਥ ਸਾਹਿਬ ਜਿਹੜੇ ਇਤਿਹਾਸ ਛੋਟੇ ਸੀ, ਉਹ ਚੋਰੀ ਹੋਇਆ, 6 ਮਹੀਨੇ ਹੋਏ ਤੱਕ ਨਹੀਂ ਹਾਲ ਹੋਇਆ। ਸੋ ਇਸ ਲਈ ਸੰਗਤਾਂ ਦੀ ਜੋ ਭਾਵਨਾ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜੋ ਸੇਵਾਵਾਂ ਵੱਧ ਤੋਂ ਵੱਧ ਜੋ ਸਖ਼ਤ ਸੇਵਾਵਾਂ ਦਿੱਤੀਆਂ ਨੇ। ਉਹਨਾਂ ਦੀ ਮੰਗ ਸੀ ਕਿ ਜਿਹੜਾ ਰਿਪੋਰਟ ਆ ਉਹ ਜਨਤਕ ਕੀਤੀ ਜਾਵੇ, ਤੁਹਾਡੇ ਵੱਲੋਂ ਰਿਪੋਰਟ ਜਨਤਕ ਵੀ ਕਰ ਦਿੱਤੀ ਸੀ, ਕਿਉਂਕਿ ਉਹ ਉਹਨਾਂ ਵੱਲੋਂ ਹੁਣ ਅਸੀਂ ਜੋ ਕੱਲ੍ਹ ਜਿਹੜੀ ਹੈ ਰਿਪੋਰਟ 1000 ਪੰਨੇ ਦੀ ਰਿਪੋਰਟ ਹੈ, ਬੜੀ ਵਿਸਥਾਰ ਦੇ ਵਿੱਚ ਸਾਰੀ ਉਹ ਰਿਪੋਰਟ ਜਿਹੜੀ ਦਿੱਤੀ ਗਈ ਹੈ ਡਾਕਟਰ ਈਸ਼ਰ ਸਿੰਘ, ਉਹ ਜਨਤਕ ਕਰ ਦਿੱਤੀ ਹੈ, ਆਪਣੀ ਵੈਬਸਾਈਟ 'ਤੇ ਪਾ ਦਿੱਤੀ ਹੈ, ਔਰ ਜੋ ਵੀ ਵਿਅਕਤੀ ਜੋ ਵੀ ਗੁਰਸਿੱਖ ਦੇਖਣਾ ਚਾਹੁੰਦਾ ਦੇਖ ਸਕਦੇ ਨੇ। ਇਹ ਸੇਵਾ ਸਜ਼ਾ ਵਜੋਂ ਨਿਭਾਈ ਜਾ ਰਹੀ ਕਿ ਸੇਵਾ ਨਿਭਾਈ? ਇਸ ਸੇਵਾ ਵੱਲੋਂ, ਕਿਉਂਕਿ ਅਸੀਂ ਤਾਂ ਆਪਣੇ ਆਪ ਜਾ ਕੇ ਉੱਥੇ ਗੁਰੂ ਦੇ ਸਨਮੁੱਖ ਹੋਏ ਸੀ, ਸਾਨੂੰ ਬੁਲਾਇਆ ਨਹੀਂ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਲੇਕਿਨ ਅਸੀਂ ਆਪਣੀ ਫਰਜ਼ ਸਮਝਦੇ ਹੋਏ, ਸਾਡੇ ਉੱਤੇ ਮਨ 'ਤੇ ਬੋਝ ਸੀਗੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧਿਤ ਇਹ ਮਾਮਲਾ, ਕਿਉਂ ਨਾ ਜਾ ਕੇ ਖਿਮਾ ਜਾਚਨਾ ਜਿਹੜੀ ਹੈ ਗੁਰੂ ਤੋਂ ਮੰਗੀ ਜਾਵੇ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਕੀਤਾ ਜਾਵੇ। ਸੋ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਤਾਂ ਬੁਲਾਇਆ ਨਹੀਂ ਗਿਆ, ਲੇਕਿਨ ਫਿਰ ਵੀ ਅਸੀਂ ਖਿਮਾ ਜਾਚਨਾ ਜਿਹੜੀ ਹੈ ਸਮੁੱਚੀ ਕੌਮ ਤੋਂ, ਗੁਰੂ ਸਾਹਿਬ ਤੋਂ ਅਸੀਂ ਜਿਹੜੀ ਹੈ ਉਹ ਮੰਗੀ ਹੈ। ਸੋ ਸਾਨੂੰ ਇਹ ਸੇਵਾ ਜਿਹੜੀ ਹੈ ਲਾਈ ਗਈ ਹੈ। ਸਿੰਘ ਸਾਹਿਬ, ਤੁਹਾਡੇ ਵੱਲੋਂ ਇਹ ਵੀ ਕਿਹਾ ਗਿਆ ਸੀ ਵੀ ਕਿਸਾਨ ਜਿੱਥੇ ਬੈਠੇ ਨੇ ਪ੍ਰਦਰਸ਼ਨ ਦੇ ਉੱਤੇ ਲੰਗਰ ਪਾਣੀ ਦਾ ਜਿਹੜਾ ਰਸਤਾ ਦਾ ਜਿਹੜਾ ਉੱਥੇ ਪ੍ਰਬੰਧ ਕੀਤਾ ਜਾਵੇ? ਬਿਲਕੁਲ, ਹੁਣ ਵੀ ਕਰ ਰਹੇ ਹਾਂ, ਬਹੁਤ ਥਾਵੇਂ ਸਾਡਾ ਜਿਹੜਾ ਲੰਗਰ ਹੈ, ਕਿਉਂਕਿ ਗੁਰੂ ਘਰ ਲੰਗਰ ਹੈ, ਅਸੀਂ ਕਿਸਾਨੀ ਦੇ ਨਾਲ ਸੰਬੰਧ ਰੱਖਣ ਵਾਲੇ ਹਾਂ, ਕਿਸਾਨੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ। ਅੱਜ ਕਿਸਾਨ ਸਾਰੇ ਸੰਘਰਸ਼ ਕਰ ਰਹੇ ਨੇ, ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ, ਆਪਣੀ ਜ਼ਮੀਨਾਂ ਦੇ ਲਈ ਸੰਘਰਸ਼ ਕਰ ਰਹੇ ਨੇ, ਉਹਨਾਂ ਦੇ ਨਾਲ ਸਾਡੇ ਮਜ਼ਦੂਰ ਵੀ ਨੇ ਅਤੇ ਆੜ੍ਹਤੀ ਵੀ ਨੇ। ਸੋ ਇਸ ਲਈ ਇਹ ਕਾਲੇ ਕਾਨੂੰਨ ਜਿਹੜੀ ਹੈ ਸੈਂਟਰ ਸਰਕਾਰ ਲੈ ਕੇ ਆਈ ਹੈ, ਉਹਨੂੰ ਤੁਰੰਤ ਜਿਹੜੇ ਨੇ ਵਾਪਸ ਕਰਨਾ ਚਾਹੀਦਾ, ਕਿਸਾਨਾਂ ਦੀ ਭਾਵਨਾ ਨੂੰ ਸਮਝਣਾ ਚਾਹੀਦਾ। ਸੋ ਇਸ ਲਈ ਸਾਰਾ ਪੰਜਾਬ ਕੰਗਾਲ ਹੋ ਜਾਏਗਾ ਜੇ ਇਹ ਸਾਰੇ ਕਾਨੂੰਨ ਹੋਏ। ਫਿਰ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹਨਾਂ ਦੇ ਨਾਲ ਹਮੇਸ਼ਾ ਖੜ੍ਹੀ ਹੈ, ਕਿਸਾਨਾਂ ਦੇ ਨਾਲ ਪੂਰੀ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ, ਜਿੱਥੇ ਕਿਤੇ ਵੀ ਲੰਗਰ ਦੀ ਲੋੜ ਪੈਂਦੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਉੱਥੇ ਭੇਜਿਆ ਜਾਂਦਾ। ਸੋ ਇਹ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿਹੜੀ ਦਿੱਤੀ ਸੇਵਾ ਸੀ ਉਹ ਲਗਾਤਾਰ ਹੀ 3 ਦਿਨ ਤੱਕ ਨਿਭਾਉਣਗੇ। ਅੰਮ੍ਰਿਤਸਰ ਤੋਂ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ।